ਤੇ ਪਿੱਛੇ ਆਇਆ ਤੇ ਪਿੱਛੇ ਆਇਆ ਮੇਰਾ ਥੋੜਾ ਪਿੱਛੇ ਆ ਗਿਆ ਕੈਮਰਾ ਮੁੰਡੀ ਕੋ ਚਾਚੇ ਕੋ ਤੁਮ ਇਹਨੇ ਸੀਐਮ ਸਾਹਿਬ ਮਾਈਕ ਨਾਲ ਆ ਆ ਲੋ ਫੜ ਦੀ ਉੱਪਰ ਸੀਐਮ ਸਾਹਿਬ ਆ ਗਿਆ ਸਰ ਕੈਸੀ ਸਰ 13 ਵਜੇ ਕਿੰਨੀ ਸੀਟਾਂ ਹਮਾਰੀ ਰੈਲੀ ਹੈ ਰੈਲੀ ਕੇ ਲਈ ਹਮ ਲੋਗ ਆਏ ਹੈ ਔਰ ਪੰਜਾਬ ਮੇ ਸਾਰੀ ਸੀਟੋ ਪੇ ਆਮ ਆਦਮੀ ਪਾਰਟੀ ਲੜੇਗੀ ਔਰ ਪੰਜਾਬ ਕੀ ਜਨਤਾ ਅਕਾਲੀ ਦਲ ਸੇ ਵੀ ਦੁਖੀ ਥੀ ਔਰ ਅਬ ਕਾਂਗਰਸ ਨੇ ਵੀ ਜੋ ਵਾਅਦੇ ਕੀਏ ਥੇ ਉਨਮੇ ਸੇ ਕੋਈ ਵਾਅਦਾ ਉਨ੍ਹਾਂ ਨੇ ਪੂਰਾ ਨਹੀਂ ਕੀਆ ਤੋ ਪੰਜਾਬ ਕੀ ਜਨਤਾ ਸਰ ਪੰਜਾਬ ਕੇ ਲਈ ਕਿਆ ਮਾਡਲ ਹੈ ਫਿਰ ਨਾ ਆਪ ਜੈਸੇ ਦਿੱਲੀ ਕੇ ਅੰਦਰ ਅੱਛੇ ਅੱਛੇ ਕੰਮ ਕੀਏ ਹੈ ਐਸੇ ਹੀ ਪੰਜਾਬ ਕੇ ਅੰਦਰ ਵੀ ਕੰਮ ਸਰ ਕਿਆ ਫਿਰ ਮਤਲਬ ਦੂਸਰੀ ਤਰ੍ਹਾਂ ਪਾਰਟੀਆਂ ਕੀ ਤਰ੍ਹਾਂ ਇਹ ਵੀ ਰੀਜਨਲ ਪਾਰਟੀ ਬਣ ਗਈ ਦਿੱਲੀ ਕੀ ਅਭੀ ਆਮ ਆਦਮੀ ਪਾਰਟੀ ਜੋ ਰੈਵੋਲੂਸ਼ਨਰੀ ਪਾਰਟੀ ਥੀ ਕਭੀ ਨਹੀਂ ਪੰਜਾਬ ਮੇ ਵੀ ਹੈ ਹਰਿਆਣਾ ਮੇ ਵੀ ਹੈ ਗੋਆ ਮੇ ਵੀ ਹੈ ਧੀਰੇ ਧੀਰੇ ਸਭ ਸਰ ਮਹਾਗਠਬੰਧਨ ਮਹਾਗਠਬੰਧਨ ਵਾਲਾ ਸਰ ਮਹਾਗਠਬੰਧਨ ਸੇ ਇਹ ਥੋੜਾ ਪਿੱਛੇ ਐਂਟੀ ਬੀਜੇਪੀ ਜਿਤਨੇ ਫੋਰਸਿਸ ਹੈ ਇਸ ਦੇਸ਼ ਕੇ ਅੰਦਰ ਜੈਸਾ ਮੈਨੇ ਕੱਲ ਬੋਲਾ ਥਾ ਕਿ ਅਮਿਤ ਸ਼ਾਹ ਔਰ ਮੋਦੀ ਜੀ ਕੀ जो 5 साल का शासन है उससे ये देश बहुत परेशान हो चुका है मोदी जी और अमित शाह ने इस देश को बर्बाद कर दिया 5 साल में लोगों के मन में जहर घोल दिया और अगर 2019 में इनकी सरकार दोबारा आ गई तो ये देश के टुकड़े टुकड़े कर देंगे ये दोनों मिलके तो पूरा देश इनको आज हराना चाहता है और जितनी पार्टियाँ जितने नेता इनके खिलाफ हैं वो कल सब वहाँ पर इकट्ठे हुए थे और सब ने एक तरह से आह्वान किया है सबका कि सारे इकट्ठे होके और इस चुनाव में इनको हराएंगे सर गठजोड़ करेंगे इनके साथ या गठजोड़ करेंगे आप सर नहीं गठजोड़ का कोई सर चलिए एक साथ 5 जने हल्का सभी हल्का ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਕਰੋ 93978 93978